ਆ ਕੀ ਹੋ ਗਿਆ ਡਰਾਈਵਰ ਨੂੰ, ਇੱਕਦਮ ਮੋੜ ਦਿੱਤੀ ਕਾਰ। ਜੀ ਹਾਂ, ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਖੜੀ ਨਜ਼ਰ ਆ ਰਹੀ ਹੈ ਤੇ ਇਸ ਦੇ ਅੱਗੇ ਪਿੱਛੇ ਟ੍ਰੈਫਿਕ ਨਿਕਲਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜਿਵੇਂ ਹੀ ਇਸ ਦੇ ਕੋਲੋਂ ਇੱਕ ਔਰਤ ਕ੍ਰੋਸ ਕਰਦੀ ਹੈ ਕਾਰ ਨੂੰ ਤਾਂ ਪਿੱਛੋਂ ਤੇ ਇੱਕ ਬਾਈਕ ਆ ਰਿਹਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਕਾਰ 'ਚ ਡਰਾਈਵਰ ਬੈਠਾ ਹੁੰਦਾ ਉਸਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਇੱਕੇ ਦਮ ਕਾਰ ਨੂੰ ਚਲਾ ਦਿੰਦਾ ਅਤੇ ਉੱਥੇ ਹੀ ਮੋੜ ਦਿੰਦਾ, ਜਿਸ ਤੋਂ ਬਾਅਦ ਬਾਈਕ ਦੇ ਨਾਲ ਉਸਦੀ ਟੱਕਰ ਹੁੰਦੀ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਦਾ ਬਚਾਅ ਹੋਇਆ ਪਰ ਅੱਗੇ ਇੱਕ ਬੱਚਾ ਬੈਠਾ ਸੀ ਜਿਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਹਾਦਸਾ CCTV 'ਚ ਵੀ ਕੈਦ ਹੋਇਆ ਹੈ। ਹੈਦਰਾਬਾਦ ਤੋਂ ਇਹ ਤਸਵੀਰਾਂ ਵਾਇਰਲ ਹੋਈਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਕਿ ਇਹ ਭਿਆਨਕ ਹਾਦਸਾ ਹੋਇਆ ਹੈ। ਸਲਿੱਪ ਰੋਡ ਦੇ ਉੱਤੇ ਇੱਕ ਕਾਰ ਪਾਰਕਿੰਗ ਦੇ ਵਿੱਚ ਖੜੀ ਹੁੰਦੀ ਹੈ ਅਤੇ ਇਸ ਦੇ ਅੱਗੇ ਪਿੱਛੋਂ ਟ੍ਰੈਫਿਕ ਨਿਕਲਦਾ ਅਤੇ ਜਿਵੇਂ ਇੱਕ ਬਾਈਕ ਇਸ ਦੇ ਨੇੜੇ ਲੱਗਦਾ ਤਾਂ ਅਚਾਨਕ ਹੀ ਕਾਰ ਦੇ ਵਿੱਚ ਬੈਠਾ ਡਰਾਈਵਰ ਗੱਡੀ ਨੂੰ ਮੋੜ ਦਿੰਦਾ ਅਤੇ ਸਿੱਧਾ ਹੀ ਬਾਈਕ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਬਾਈਕ ਸਵਾਰ ਜੋ ਹੈ ਹੇਠਾਂ ਗਿਰ ਜਾਂਦਾ। ਹਾਲਾਂਕਿ ਬਾਈਕ ਦੇ ਅੱਗੇ ਉਸ ਵਿਅਕਤੀ ਦੇ ਨਾਲ ਇੱਕ ਬੱਚਾ ਬੈਠਾ ਹੋਇਆ ਤਾਂ ਜਿਸ ਨੂੰ ਤੁਰੰਤ ਮੌਕੇ ਦੇ ਉੱਤੇ ਜੋ ਪੈਦਲ ਜਾ ਰਹੇ ਰਾਹਗੀਰ ਸੀ ਉਹਨਾਂ ਦੇ ਵੱਲੋਂ ਚੱਕ ਲਿਆ ਜਾਂਦਾ ਅਤੇ ਇੰਨੇ ਦੇ ਵਿੱਚ ਬਾਈਕ ਸਵਾਰ ਵੀ ਖੜਾ ਹੋ ਜਾਂਦਾ ਅਤੇ ਕਾਰ ਜੋ ਹੈ ਰੁਕਣ ਦਾ ਨਾਮ ਨਹੀਂ ਲੈਂਦੀ ਅਤੇ ਬਾਈਕ ਦੇ ਉੱਪਰ ਚੜ੍ਹਦੀ ਚੜ੍ਹਦੀ ਉਸਦੀ ਟੈਂਕੀ ਤੱਕ ਪਹੁੰਚ ਜਾਂਦੀ ਹੈ, ਜਿਸ ਤੋਂ ਬਾਅਦ ਚਾਲਕ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਹਾਲਾਂਕਿ ਮੌਕੇ ਦੇ ਉੱਤੇ ਉਸਦੀ ਛਿੱਤਰ ਪਰੇਡ ਵੀ ਕੀਤੀ ਗਈ ਹੈ ਅਤੇ ਹੁਣ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਹੈਦਰਾਬਾਦ ਤੋਂ ਇਹ ਤਸਵੀਰਾਂ ਵਾਇਰਲ ਹੋਈਆਂ ਦੱਸੀਆਂ ਜਾ ਰਹੀਆਂ ਨੇ। ਆ ਕੀ ਹੋ ਗਿਆ ਡਰਾਈਵਰ ਨੂੰ, ਇੱਕਦਮ ਮੋੜ ਦਿੱਤੀ ਕਾਰ। ਜੀ ਹਾਂ, ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਖੜੀ ਨਜ਼ਰ ਆ ਰਹੀ ਹੈ ਤੇ ਇਸ ਦੇ ਅੱਗੇ ਪਿੱਛੇ ਟ੍ਰੈਫਿਕ ਨਿਕਲਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜਿਵੇਂ ਹੀ ਇਸ ਦੇ ਕੋਲੋਂ ਇੱਕ ਔਰਤ ਕ੍ਰੋਸ ਕਰਦੀ ਹੈ ਕਾਰ ਨੂੰ ਤਾਂ ਪਿੱਛੋਂ ਤੇ ਇੱਕ ਬਾਈਕ ਆ ਰਿਹਾ ਹੁੰਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਕਾਰ 'ਚ ਡਰਾਈਵਰ ਬੈਠਾ ਹੁੰਦਾ ਉਸਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਕਿ ਇੱਕੇ ਦਮ ਕਾਰ ਨੂੰ ਚਲਾ ਦਿੰਦਾ ਅਤੇ ਉੱਥੇ ਹੀ ਮੋੜ ਦਿੰਦਾ, ਜਿਸ ਤੋਂ ਬਾਅਦ ਬਾਈਕ ਦੇ ਨਾਲ ਉਸਦੀ ਟੱਕਰ ਹੁੰਦੀ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਦਾ ਬਚਾਅ ਹੋਇਆ ਪਰ ਅੱਗੇ ਇੱਕ ਬੱਚਾ ਬੈਠਾ ਸੀ ਜਿਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਹਾਦਸਾ CCTV 'ਚ ਵੀ ਕੈਦ ਹੋਇਆ ਹੈ। ਹੈਦਰਾਬਾਦ ਤੋਂ ਇਹ ਤਸਵੀਰਾਂ ਵਾਇਰਲ ਹੋਈਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਕਿ ਇਹ ਭਿਆਨਕ ਹਾਦਸਾ ਹੋਇਆ ਹੈ। ਸਲਿੱਪ ਰੋਡ ਦੇ ਉੱਤੇ ਇੱਕ ਕਾਰ ਪਾਰਕਿੰਗ ਦੇ ਵਿੱਚ ਖੜੀ ਹੁੰਦੀ ਹੈ ਅਤੇ ਇਸ ਦੇ ਅੱਗੇ ਪਿੱਛੋਂ ਟ੍ਰੈਫਿਕ ਨਿਕਲਦਾ ਅਤੇ ਜਿਵੇਂ ਇੱਕ ਬਾਈਕ ਇਸ ਦੇ ਨੇੜੇ ਲੱਗਦਾ ਤਾਂ ਅਚਾਨਕ ਹੀ ਕਾਰ ਦੇ ਵਿੱਚ ਬੈਠਾ ਡਰਾਈਵਰ ਗੱਡੀ ਨੂੰ ਮੋੜ ਦਿੰਦਾ ਅਤੇ ਸਿੱਧਾ ਹੀ ਬਾਈਕ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਬਾਈਕ ਸਵਾਰ ਜੋ ਹੈ ਹੇਠਾਂ ਗਿਰ ਜਾਂਦਾ। ਹਾਲਾਂਕਿ ਬਾਈਕ ਦੇ ਅੱਗੇ ਉਸ ਵਿਅਕਤੀ ਦੇ ਨਾਲ ਇੱਕ ਬੱਚਾ ਬੈਠਾ ਹੋਇਆ ਤਾਂ ਜਿਸ ਨੂੰ ਤੁਰੰਤ ਮੌਕੇ ਦੇ ਉੱਤੇ ਜੋ ਪੈਦਲ ਜਾ ਰਹੇ ਰਾਹਗੀਰ ਸੀ ਉਹਨਾਂ ਦੇ ਵੱਲੋਂ ਚੱਕ ਲਿਆ ਜਾਂਦਾ ਅਤੇ ਇੰਨੇ ਦੇ ਵਿੱਚ ਬਾਈਕ ਸਵਾਰ ਵੀ ਖੜਾ ਹੋ ਜਾਂਦਾ ਅਤੇ ਕਾਰ ਜੋ ਹੈ ਰੁਕਣ ਦਾ ਨਾਮ ਨਹੀਂ ਲੈਂਦੀ ਅਤੇ ਬਾਈਕ ਦੇ ਉੱਪਰ ਚੜ੍ਹਦੀ ਚੜ੍ਹਦੀ ਉਸਦੀ ਟੈਂਕੀ ਤੱਕ ਪਹੁੰਚ ਜਾਂਦੀ ਹੈ, ਜਿਸ ਤੋਂ ਬਾਅਦ ਚਾਲਕ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਹਾਲਾਂਕਿ ਮੌਕੇ ਦੇ ਉੱਤੇ ਉਸਦੀ ਛਿੱਤਰ ਪਰੇਡ ਵੀ ਕੀਤੀ ਗਈ ਹੈ ਅਤੇ ਹੁਣ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਹੈਦਰਾਬਾਦ ਤੋਂ ਇਹ ਤਸਵੀਰਾਂ ਵਾਇਰਲ ਹੋਈਆਂ ਦੱਸੀਆਂ ਜਾ ਰਹੀਆਂ ਨੇ।